ਚਾਲ ਜੀ ਹਾਂਜੀ ਸਾਂਪਲਾ ਸਾਹਿਬ। ਹਾਂਜੀ ਹਾਂਜੀ ਸਾਂਪਲਾ ਸਾਹਿਬ, ਮੈਂ ਪ੍ਰਾਈਮ ਪੰਜਾਬ ਨਿਊਜ਼ ਚੈਨਲ ਤੋਂ ਹਰਦੀਪ ਸਿੰਘ ਬੋਲਦਾ ਜੀ। ਹਾਂਜੀ ਹਾਂਜੀ ਸਾਂਪਲਾ ਸਾਹਿਬ, ਕੀ ਅੱਜ ਹੋਇਆ ਜੀ ਮੁਕਤਸਰ ਵਿਖੇ, ਤੇ ਕਿੱਥੇ ਹੋ ਤੁਸੀਂ ਜੀ? ਪੁਲਿਸ ਨੇ ਤੁਹਾਨੂੰ ਹਿਰਾਸਤ 'ਚ ਲੈ ਲਿਆ ਸੀ, ਕੀ ਹੈ ਜੀ ਮਾਮਲਾ ਪੂਰਾ? ਹਾਲੇ ਤੱਕ ਵੀ ਪੁਲਿਸ ਦੀ ਹਿਰਾਸਤ 'ਚ ਹਾਂ ਮੈਂ ਜੀ, ਔਰ ਉਹਨਾਂ ਦੀ ਗੱਡੀ 'ਚ ਹੀ ਬੈਠਾ ਹਾਂ। ਔਰ ਜੀ ਹੁਣ ਜਾ ਕੇ ਪਤਾ ਲੱਗਾ ਕਿ ਮੈਂ ਜਲੰਧਰ ਵਾਲੇ ਰੋਡ 'ਤੇ ਹੈਗਾ, ਬਾਗਾ ਪੁਰਾਣਾ ਦੇ ਕੋਲ, ਪਤਾ ਨਹੀਂ ਪਿੰਡਾਂ ਪੁੰਡਾਂ ਵੱਲ ਦੀ ਕਿੱਧਰ ਦੀ ਲੈ ਕੇ ਆਏ ਮੈਨੂੰ, ਠੀਕ ਹੈ ਜੀ। ਪਰ ਉੱਥੇ ਮੈਨੂੰ ਗ੍ਰਿਫਤਾਰ ਕਰਿਆ ਕਿਉਂਕਿ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਾ ਸੀ ਕਿ ਜੀ ਵੀ ਉੱਥੇ ਇੱਕ ਚੱਕ ਜੀ ਜਾਨੀ ਸਰ, ਸਰ ਜਾਨੀ ਸਰ, ਹਾਂਜੀ, ਜੀ ਜਿਹੜਾ ਤਹਿਸੀਲ ਜਲਾਲਾਬਾਦ ਦੇ ਵਿੱਚ ਪੈਂਦਾ ਆ, ਉੱਥੇ ਦੇ ਮੁੰਡੇ ਨੂੰ ਇੱਕ ਪਿਸ਼ਾਬ ਪਿਲਾਇਆ ਗਿਆ ਸੀ ਜੀ, ਔਰ ਉਹਦੀ ਮਾਰਕੁੱਟ ਹੋਈ ਸੀ ਔਰ ਅਸਤਰੀ ਵੀ ਹੋਈ ਸੀ। ਔਰ ਜਦੋਂ ਤੁਹਾਡੇ ਮੀਡੀਆ ਦੇ ਵਿੱਚ ਖ਼ਬਰ ਆਉਣ ਤੋਂ ਬਾਅਦ ਉਹਦੇ 'ਤੇ FIR ਦਰਜ ਹੋਈ ਜੀ, ਤੇ ਉਹ ਤੁਹਾਡੇ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਾ ਸੀ ਕਿ ਅਸੀਂ ਉਸ ਪਰਿਵਾਰ ਨੂੰ ਮਿਲਣ ਲਈ ਜਾ ਰਹੇ ਸੀ ਤਾਂ ਕਿ ਉਹਦੀ ਕਿਤੇ ਘਬਰਾਉਣ ਦੀ ਨਾ ਹੋਵੇ ਜਾਂ ਡਿਪਰੈਸ਼ਨ 'ਚ ਨਾ ਹੋਵੇ, ਕਿਉਂਕਿ ਜੀ ਉਹਦਾ ਮਨੋਬਲ ਨਾ ਗਿਰੇ, ਇਸ ਕਰਕੇ ਅਸੀਂ ਉੱਥੇ ਜਾ ਰਹੇ ਸੀ। ਜੀ ਪਰ ਰਸਤੇ ਦੇ ਵਿੱਚ ਸਾਨੂੰ ਕਾਂਗਰਸ, ਮੰਨ ਲਓ ਕੁਛ ਕਾਂਗਰਸ ਦੇ ਯੂਥ, ਕਾਂਗਰਸ ਦੇ ਜਿਹੜੇ ਵਰਕਰ ਸੀ, ਉਹਨਾਂ ਨੇ ਸਾਨੂੰ ਦੇਖਿਆ ਔਰ ਰੋਕਿਆ। ਉਹਨਾਂ ਨੇ ਕਿਸਾਨਾਂ ਦੀ ਆੜ 'ਚ, ਜੀ ਕਿਸਾਨਾਂ ਦੀ ਆੜ 'ਚ, ਕਿਉਂਕਿ ਕਾਂਗਰਸ ਯੂਥ ਦੇ ਹੀ ਜਿਹੜੇ ਨੇਤਾ ਸੀ ਉਹਦੇ ਵਿੱਚ ਖੜੇ ਸੀਗੇ ਜੀ। ਕਿਉਂਕਿ ਮੈਂ ਤਾਂ ਲੋਕਲ ਨਹੀਂ ਸੀ ਜਾਣਦਾ, ਪਰ ਲੋਕਲ ਦੇ ਜਿਹੜੇ ਸਾਡੇ ਉੱਥੇ ਕਾਰਜਕਰਤਾ ਸੀ ਉਹਨਾਂ ਨੇ ਸਾਨੂੰ ਦੱਸਿਆ ਜੀ, ਹਰਮਨ ਬਦਾਈ ਬਦੋਈ ਦੇ ਨਾਂ ਦਾ ਵਿਅਕਤੀ ਜਿਹੜਾ ਸੀ ਉਹਨਾਂ ਦਾ, ਯੂਥ ਕਾਂਗਰਸ ਦਾ, ਉਹ ਬੰਦੇ ਲੈ ਕੇ ਆਇਆ ਸੀ ਜੀ। ਔਰ ਅਸੀਂ ਉੱਥੇ ਹੀ ਕਿਹਾ ਕਿ ਕਾਂਗਰਸ ਦੇ ਲੋਕ ਇੱਥੇ ਆਏ ਆ ਜੀ ਔਰ ਉਹਨਾਂ ਦੇ ਸਾਡਾ ਰਾਸਤਾ ਰੋਕ ਰਿਹਾ, ਕਿਉਂਕਿ ਜਿਹੜਾ ਉਸ ਬੱਚੇ ਦੇ ਉੱਤੇ ਜਿਹੜਾ ਪੀੜਿਤ ਬੱਚਾ ਆ ਉਹਦੇ 'ਤੇ ਜਿਹੜਾ ਅਤਿਆਚਾਰੀ ਆ ਜੀ, ਉਹ ਵੀ ਪਤਾ ਲੱਗਾ ਸੀ ਉਹਨਾਂ ਦਾ ਵੀ ਪਿਛੋਕੜ ਜਿਹੜਾ ਆ ਉਹ ਜਿਹੜਾ ਕਾਂਗਰਸ ਦਾ ਆ ਜੀ। ਔਰ ਇਸੇ ਕਰਕੇ ਹੀ ਹੋ ਸਕਦਾ ਸ਼ਾਇਦ ਉਹ ਯੂਥ ਕਾਂਗਰਸ ਦੇ ਸਾਡਾ ਰਾਸਤਾ ਰੋਕ ਰਿਹਾ ਸੀ। ਅਸੀਂ ਉਹਨਾਂ ਨੂੰ ਕਿਹਾ ਵੀ ਹੈ ਕਿ ਅਸੀਂ ਇੱਕ ਦਲਿਤ ਪੀੜਿਤ ਪਰਿਵਾਰ ਨੂੰ ਮਿਲਣ ਜਾ ਰਹੇ ਹਾਂ ਜੀ ਔਰ ਅਸੀਂ ਉਹਦੀ ਹਾਰ ਦਾ ਨਾਰਾ ਮਾਰਨ ਜਾ ਰਹੇ ਹਾਂ। ਔਰ ਜਿੱਥੇ ਕਾਂਗਰਸ ਦੇ ਨੇਤਾ ਹਾਥਰਸ ਤੇ ਚਲੇ ਜਾਂਦੇ ਆ ਜੀ, ਇੱਥੇ ਤੁਹਾਡੇ ਹੋਇਆ ਆਪ ਜਾਣਦੇ ਨੇ ਕਿ ਅਸੀਂ ਜਾਣੇ ਸਾਨੂੰ ਰਾਸਤਾ ਰੋਕਦੇ ਹਾਂ। ਹਾਥਰਸ ਤੱਕ ਤਾਂ ਤੁਸੀਂ ਇੱਥੇ ਜਾਣੇ ਹਾਂ ਔਰ ਪੂਰੇ ਪੰਜਾਬ ਦੇ ਵਿੱਚ ਤੁਸੀਂ ਉਸਨੂੰ ਜਾਣੇ ਕਵਰ ਕਰਦੇ ਆ, ਉਹ ਵੀ ਸਾਡੀ ਬੱਚੀ ਆ, ਸਭ ਕੁਛ ਹੈ। ਪਰ ਇੱਥੇ ਜਿਹੜਾ ਐਡਾ ਵੱਡਾ ਕਾਂਡ ਹੋਇਆ ਉਹਦੇ 'ਚ ਜਿਹੜੀ ਜ਼ਿੰਮੇਵਾਰੀ ਜਿਹਦਾ ਲਓ ਨਾ ਉਹਦੀ, ਜੇ ਉੱਥੇ ਤੁਸੀਂ ਕੁਛ ਕਹਿ ਸਕਦੇ ਤਾਂ ਇੱਥੇ ਕਿਉਂ ਨੀ ਜਾਂਦੇ, ਇਹਦੇ ਘਰ ਕਿਉਂ ਨੀ ਗਿਆ ਹਾਲੇ ਤੱਕ? ਬਿਲਕੁਲ ਠੀਕ ਹੈ ਨਾ। ਔਰ ਇਸ ਦੇ ਲਈ ਅਸੀਂ ਉੱਥੇ ਗਏ, ਜਾਣੀ ਜਾਣ ਦੀ ਬਜਾਏ ਸਾਡਾ ਰਾਸਤਾ ਰੁਕਿਆ। ਔਰ ਸਿੱਧਾ ਸਿੱਧਾ ਇਹਦਾ ਮਤਲਬ ਆ ਕਿ ਕਾਂਗਰਸ ਵੀ ਅਤਿਆਚਾਰੀਆਂ ਦੇ ਨਾਲ ਖੜੀ ਆ। ਔਰ ਤੁਹਾਡੇ ਖਬਰ ਆਉਣ ਤੋਂ ਬਾਅਦ FIR ਤਾਂ ਹੋ ਗਈ ਪਰ ਗ੍ਰਿਫਤਾਰੀ ਹਾਲੇ ਤੱਕ ਨੀ ਹੋਈ, ਕਿਉਂਕਿ ਸਰਕਾਰ ਦਾ ਪ੍ਰੈਸ਼ਰ ਹੈ ਜੀ, ਹੈ ਨਾ। ਅਸੀਂ ਜਦੋਂ ਜਾ ਰਹੇ ਸੀ ਸਾਨੂੰ ਉਹਨਾਂ ਨੇ ਮੰਨ ਲਓ ਜਦੋਂ ਰਸਤਾ ਰੋਕਿਆ ਤਾਂ ਫਿਰ ਅਸੀਂ ਵੀ ਰਸਤੇ 'ਚ ਬੈਠ ਗਏ, ਅਸੀਂ ਵੀ ਸਾਡੇ ਦਲਿਤਾਂ ਦੇ, ਜੇ ਤੁਸੀਂ ਰਸਤਾ ਨੀ ਰੋਕ ਸਕਦੇ, ਅਸੀਂ ਦਲਿਤਾਂ ਦੇ ਅਤਿਆਚਾਰੀਆਂ ਦੇ ਖਿਲਾਫ਼ ਜਾ ਰਹੇ ਹਾਂ ਔਰ ਦਲਿਤਾਂ ਦੀ ਹਿਮਾਇਤ ਲਈ ਜਾ ਰਹੇ ਹਾਂ। ਜੇ ਤਾਂ ਤੁਸੀਂ ਦਲਿਤਾਂ ਦੇ ਦੋਖੀ ਹੋ ਤੇ ਫਿਰ ਸਾਡਾ ਰਸਤਾ ਰੋਕੋ, ਜੇ ਤੁਸੀਂ ਦਲਿਤਾਂ ਦੇ ਹਮਾਇਤੀ ਆ ਸਾਨੂੰ ਰਸਤਾ ਦਿਓ। ਉਹਨੇ ਰਸਤਾ ਨੀ ਦਿੱਤਾ ਤਾਂ ਮਤਲਬ ਹੈ ਜੋ ਕਾਂਗਰਸ ਯੂਥ ਦੇ ਲੀਡਰ ਸੀ ਤਾਂ ਸਾਨੂੰ ਕਿਉਂ ਜਾਣ ਦੇਣਗੇ ਜੀ? ਬਾਅਦ ਚ ਤੁਹਾਨੂੰ ਜਿਹੜੀ ਪੁਲਿਸ ਨੇ ਅਰੈਸਟ ਕੀਤਾ ਤੇ ਉੱਥੇ ਫਿਰ ਪੁਲਿਸ ਨੇ ਫੋਰਸ ਮੰਗਵਾਈ, ਅਸੀਂ ਤਾਂ ਉੱਥੇ ਬੈਠ ਗਏ ਸੀ, ਜਾਂ ਤਾਂ ਅਸੀਂ ਅੱਗੇ ਜਾਵਾਂਗੇ ਨਹੀਂ ਤਾਂ ਇੱਥੇ ਬੈਠ ਜਾਵਾਂਗੇ, ਅਸੀਂ ਵੀ ਇੱਥੇ ਹੀ ਬੈਠਾਂਗੇ ਜੀ, ਠੀਕ ਹੈ। ਪਰ ਉਹ ਉਹਨਾਂ ਨੇ ਫੋਰਸ ਮੰਗਵਾਈ ਔਰ ਕਿਉਂਕਿ ਅਸੀਂ ਤਾਂ ਕੋਈ ਜ਼ਿਆਦਾ ਧਰਨੇ ਪ੍ਰਦਰਸ਼ਨ ਉਹਦੇ 'ਚ ਗਏ ਨਹੀਂ ਸੀ, ਤਾਂ 5-7 ਲੋਕ ਹੀ ਸੀ ਜੀ, ਔਰ ਸਾਨੂੰ ਇੱਕ ਇੱਕ ਨੂੰ ਤਕਰੀਬਨ 20-20 ਬੰਦਿਆਂ ਨੇ ਚੱਕ ਕੇ ਗੱਡੀਆਂ 'ਚ ਸੁੱਟ ਦਿੱਤਾ ਔਰ ਜੀ ਗ੍ਰਿਫਤਾਰ 2-2.5 ਘੰਟੇ ਘੁੰਮਾਉਣ ਤੋਂ ਬਾਅਦ
ਜੀ ਉਹਨਾਂ ਨੇ ਫਰੀਦਕੋਟ ਵਾਲੀ ਪੁਲਿਸ ਨੂੰ ਹਵਾਲੇ ਕਰਤਾ, ਹੁਣ ਮੋਗੇ ਵਾਲੀ ਪੁਲਿਸ ਨੇ ਸਾਨੂੰ ਪਿੰਡਾਂ ਪੁੰਡੇ ਫੜ ਲਿਆ, ਹੁਣ ਪਤਾ ਨੀ ਕਿੱਥੇ ਲੈ ਕੇ ਜਾਣਗੇ। ਤੁਹਾਨੂੰ ਪੀੜਿਤ ਪਰਿਵਾਰ ਨਾਲ ਮਿਲ ਨਹੀਂ ਦਿੱਤਾ ਗਿਆ? ਮਿਲਣ ਨਹੀਂ ਦਿੱਤਾ, ਔਰ ਹਾਲੇ ਤੱਕ ਮੈਂ ਪੁਲਿਸ ਦੀ ਕਸਟਡੀ ਚ ਹੀ ਹਾਂ, ਮਤਲਬ ਆਪਣੀ ਗੱਡੀ ਚ ਨਹੀਂ ਹੈ, ਉਹਨਾਂ ਦੀ ਗੱਡੀ ਚ ਹੀ ਹੈ। ਜੀ ਜੀ ਅਸਲ ਇਹ ਨਹੀਂ ਲੱਗਦਾ ਕਿਸਾਨਾਂ ਸੰਘਰਸ਼ ਦੀ ਆੜ ਦੇ ਵਿੱਚ, ਜਿਵੇਂ ਅਸ਼ਵਨੀ ਕੁਮਾਰ ਜੀ ਤੇ ਪਿਛਲੇ ਦਿਨ ਹਮਲਾ ਹੋਇਆ ਹੈਗਾ, ਤੇ ਤੁਸੀਂ ਰਾਜਨੀਤੀ ਹੋ ਰਹੀ ਹੈ ਜੀ, ਤੁਸੀਂ ਕਾਂਗਰਸ ਤੇ ਇਲਜ਼ਾਮ ਲਾ ਰਹੇ ਹੋ ਜਦਕਿ ਕਿਸਾਨਾਂ ਦਾ ਮੁੱਦਾ ਪਾਸੇ ਰਹਿ ਜਾਂਦਾ ਜੀ? ਦੇਖੋ ਅਸੀਂ ਕਿਸਾਨਾਂ ਦੇ ਨਾਲ ਮੁੱਦੇ ਦੇ ਵਿੱਚ ਕਿਤੇ ਇੰਟਰਫੀਅਰ ਨਹੀਂ ਕੀਤੀ, ਉਹ ਆਪਣਾ ਕੰਮ ਕਰਦੇ ਕਰਨੀ ਜੀ। ਹੁਣ ਸਾਡੇ ਵਾਲਾ ਜਿਹੜਾ ਪੀੜਿਤ ਪਰਿਵਾਰ ਆ, ਖਬਰ ਤੁਸੀਂ ਛਾਪੀ ਆ ਔਰ ਅਸੀਂ ਉਹਦੇ ਵਿੱਚ ਮਿਲਣ ਨਹੀਂ ਜਾ ਰਹੇ, ਔਰ ਇਹਦੇ ਨਾਲ ਕਿਸਾਨਾਂ ਦੇ ਉਸ ਅੰਦੋਲਨ ਦੇ ਵਿੱਚ ਕਿਤੇ ਵੀ ਸਾਡੀ ਇੰਟਰਫੀਅਰੈਂਸ ਨਹੀਂ ਸੀਗੀ, ਪਰ ਉਸ ਆੜ ਚ ਕਿਉਂਕਿ ਉਹ ਕਿਸਾਨਾਂ ਦਾ ਅੰਦੋਲਨ ਹੈ ਹੀ ਨਹੀਂ, ਉਹ ਕਾਂਗਰਸ ਦੇ ਯੂਥ ਦੇ ਲੀਡਰ ਜਾਂ ਕਾਂਗਰਸ ਦੇ ਲੀਡਰ ਹੀ ਬੈਠੇ ਨੇ, ਠੀਕ ਹੈ ਨਾ, ਜਾਂ ਅਕਾਲੀਆਂ ਦੇ ਲੀਡਰ ਬੈਠੇ ਹੋਣਗੇ ਜਾਂ ਦੂਸਰੀਆਂ ਪਾਰਟੀਆਂ ਦੇ ਲੀਡਰ ਬੈਠੇ ਨੇ, ਕਿਸਾਨ ਘੱਟ ਤੇ ਉਹਦੀ ਆੜ ਚ ਬੈਠੇ ਨੇ, ਰਾਜਨੀਤੀ ਲੋਕੀ ਆਪਣੀਆਂ ਰੋਟੀਆਂ ਸੇਕ ਰਹੇ ਨੇ ਬਸ, ਉਹ ਜਦਕਿ ਸਾਡਾ ਉੱਥੇ ਪੀੜਿਤ ਪਰਿਵਾਰ ਨੂੰ ਮਿਲਣ ਜਾਣਾ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਦੇ ਧਰਨੇ ਨੂੰ ਕਿਤੇ ਪ੍ਰਭਾਵਿਤ ਨਹੀਂ ਸੀ ਕਰਦਾ, ਠੀਕ ਹੈ ਸਰ, ਠੀਕ ਹੈ ਜੀ, ਤਰੀਕੇ ਨਾਲ ਕੀਤਾ ਗਿਆ, ਔਰ ਸਾਡਾ ਅੱਜ ਦਾ ਇਸ਼ੂ ਵੀ ਕਿਤੇ ਕਿਸਾਨਾਂ ਦੇ ਨਾਲ ਕੋਈ ਸਾਡੀ ਕਿਤੇ ਉਹਦੇ ਚ ਇੰਟਰਫੀਰੈਂਸ ਨਹੀਂ ਸੀ ਕਰਦਾ, ਜਾਂ ਇੱਕ ਵੱਖਰਾ ਇਸ਼ੂ ਸੀ ਜੀ, ਜਦੋਂ ਵੀ ਉਹਨਾਂ ਨੇ ਸਾਡੇ ਇਸ਼ੂ ਦੇ ਵਿੱਚ ਵੀ ਦਲਿਤਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਔਰ ਇਹ ਸਾਨੂੰ ਰੋਕ ਰਹੇ ਆ, ਔਰ ਰੋਕ ਕੇ ਰੋਕਣ ਦਾ ਮਤਲਬ ਸਿੱਧਾ ਸਿੱਧਾ ਹੀ ਆ ਕਿ ਜਿਹੜੇ ਦੋਖੀਆਂ ਦੀ ਇਹ ਮਦਦ ਕਰਨ ਵਾਲੇ ਲੋਕ ਬੈਠੇ ਜੀ। ਤੁਸੀਂ ਸਾਂਪਲਾ ਸਾਹਿਬ, ਤੁਸੀਂ ਭਾਜਪਾ ਦੇ ਬਹੁਤ ਸੀਨੀਅਰ ਲੀਡਰ ਹੋ ਅਤੇ ਤੁਸੀਂ ਸਾਬਕਾ ਕੇਂਦਰੀ ਵਜ਼ੀਰ ਵੀ ਹੋ, ਤੇ ਤੁਸੀਂ ਪਹਿਲਾਂ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਸੀ ਵੀ ਇਸ ਅਸੀਂ ਉੱਥੇ ਜਾਣਾ ਹੈਗਾ ਸਾਡਾ, ਕਿਉਂਕਿ ਪਹਿਲਾਂ ਬਿਲਕੁਲ ਬਿਲਕੁਲ ਮੈਂ ਪਰਸੋਂ ਹੀ ਇਨਫੋਰਮੇਸ਼ਨ ਦਿੱਤੀ ਸੀ ਜੀ, ਔਰ ਬਕਾਇਦਾ ਮੈਨੂੰ ਉੱਥੇ ਤੱਕ ਲੈ ਕੇ ਜਾਣ ਲਈ ਮੋਰੇ ਇਹਨਾਂ ਦੀ ਪੁਲਿਸ ਫੋਰਸ ਪਾਇਲਟ ਕਰ ਰਹੀ ਸੀ, ਮੋਰੇ ਲੱਗੀ ਹੋਈ ਸੀਗੀ ਜੀ, ਔਰ ਜਿਹੜੀ ਅੱਗੇ ਵੀ ਉੱਥੋਂ ਜਾ ਕੇ ਅਸੀਂ ਕਿਹਾ ਸੀ ਅਸੀਂ ਆਪੇ ਚਲੇ ਜਾਂਦੇ ਇੱਥੋਂ, ਕਹਿੰਦੇ ਨਹੀਂ ਨਹੀਂ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਔਰ ਸੇਫ ਰਾਸਤੇ ਲੈ ਕੇ ਜਾਵਾਂਗੇ, ਪਰ ਜਿਸ ਰਾਸਤੇ ਚ ਲੈ ਕੇ ਗਏ ਉਸ ਰਾਸਤੇ ਤੇ ਅੱਗੇ ਮੋਰੇ ਕਾਂਗਰਸ ਦੇ ਲੀਡਰ ਖੜੇ ਸੀਗੇ ਕਿਸਾਨਾਂ ਦੇ ਵਿੱਚ ਆੜ ਦੇ ਵਿੱਚ ਉਹ ਬੈਠੇ ਸੀ। ਐ ਨੀ ਲੱਗਦਾ ਵੀ ਪੁਲਿਸ ਦਾ ਵੀ ਫੇਲੀਅਰ ਹੈਗਾ, ਕਿਉਂਕਿ ਤੁਸੀਂ ਇੱਕ ਬਹੁਤ ਵੱਡੇ ਲੀਡਰ ਹੋ, ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੱਤੀ ਹੈ, ਜਿਹੜੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਉਹਦੇ ਬਾਵਜੂਦ ਵੀ ਤੁਹਾਡੇ ਨਾਲ ਇਸ ਤਰ੍ਹਾਂ ਦੀ, ਤੁਹਾਨੂੰ ਹੋਰ ਰਸਤੇ ਰਾਹੀਂ ਵੀ ਕਿਤੇ ਲਿਜਾਇਆ ਜਾ ਸਕਦਾ ਸੀ। ਬਕਾਇਦਾ ਮੈਨੂੰ ਉੱਥੇ ਲੈ ਕੇ ਜਾਣ ਤੱਕ ਜਲੰਧਰ ਤੋਂ ਲੈ ਕੇ ਮੁਕਤਸਰ ਤੱਕ ਮੋਰੇ ਪਾਇਲਟ ਜਾਂ ਪੁਲਿਸ ਦੀ ਉਹਦੇ ਚ ਹੀ ਗਿਆ ਮੈਂ ਜੀ, ਮੋਰੇ ਅੱਗੇ ਲੱਗੀ ਸੀ ਉਹਨਾਂ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲੈ ਕੇ ਜਾਣਾ, ਲੈ ਜਾਓ ਜੀ, ਜੇ ਉੱਥੇ ਸਾਨੂੰ ਰੋਕਿਆ ਉਹਦਾ ਮਤਲਬ ਹੈ ਕਿ ਉੱਧਰ ਦੀ ਲੈ ਕੇ ਗਏ ਜਿੱਧਰ ਮੋਰੇ ਕਾਂਗਰਸ ਦੇ ਬੈਠੇ ਹੋਣ ਦੇ ਲੋਕ। ਨਹੀਂ ਇਹ ਤਾਂ ਪੁਲਿਸ ਨੂੰ ਇਨਫੋਰਮੇਸ਼ਨ ਹੁੰਦੀ ਹੈ ਜੀ, ਕਿੱਥੇ ਕਿੱਥੇ ਜੇ ਕੋਈ ਧਰਨਾ ਲੱਗਿਆ ਪ੍ਰਦਰਸ਼ਨ, ਉਹਨਾਂ ਨੂੰ ਵੀ ਯੂਥ ਕਾਂਗਰਸ ਨੂੰ ਵੀ ਇਨਫੋਰਮੇਸ਼ਨ ਦੇਣ ਵਾਲੀ ਪੁਲਿਸ ਹੀ ਹੁੰਦੀ ਹੈ। ਅੱਛਾ ਅੱਛਾ, ਠੀਕ ਹੈ ਠੀਕ ਹੈ, ਚਲੋ ਸਰਕਾਰੀ ਤੰਤਰ ਆ ਨਾ, ਸਰਕਾਰੀ ਤੰਤਰ ਦਾ ਮਿਸਯੂਜ ਵੀ ਆ। ਜੇ ਕਹਾਂਗਾ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਆ ਜੀ, ਔਰ ਉਹਨੂੰ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਮਰੌਲ ਸਾਨੂੰ ਅੱਜ ਤਾਂ ਰੋਕ ਦੇਣਗੇ, ਅਸੀਂ ਫਿਰ ਦੁਆਰਾ ਆਵਾਂਗੇ, ਫਿਰ ਰੋਕਣਗੇ ਅਸੀਂ ਫਿਰ ਦੁਆਰਾ ਆਵਾਂਗੇ, ਫਿਰ ਰੋਕਣਗੇ ਫਿਰ ਦੁਆਰਾ ਆਵਾਂਗੇ, ਔਰ ਅਸੀਂ ਕਿਸੇ ਵੀ ਦਲਿਤ ਸਮਾਜ ਦੇ ਨਾਲ ਐਸੇ ਕਿਸੇ ਵੀ ਅਤਿਆਚਾਰ ਦੇ ਲਈ ਉਹਨਾਂ ਨਾਲ ਖੜੇ ਆ ਜੀ, ਔਰ ਅਸੀਂ ਵੀ ਕਹਾਂਗੇ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਸੀਂ ਕਿਸੇ ਦਾ ਵੀ ਆਪਣੇ ਦਲਿਤ ਸਮਾਜ ਦੇ ਵਿਅਕਤੀ ਦਾ ਮਨੋਬਲ ਫੇਰਨ ਨਹੀਂ ਦਿਆਂਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਾਈਮ ਪੰਜਾਬ ਨਿਊਜ਼ ਚੈਨਲ ਦੇ।
ਇਹ ਸਨ ਸਾਡੇ ਨਾਲ ਵਿਜੇ ਸਾਂਪਲਾ ਜੀ, ਜਿਨ੍ਹਾਂ ਨੂੰ ਅੱਜ ਮੁਕਤਸਰ ਵਿਖੇ ਪ੍ਰੋਟੈਸਟ ਦੌਰਾਨ ਰੋਕਿਆ ਗਿਆ। ਉਹਨਾਂ ਨੇ ਦੋਸ਼ ਲਾਇਆ ਕਿ ਯੂਥ ਕਾਂਗਰਸ ਨੇ ਜਿਹੜੇ ਵਰਕਰ ਸੀਗੇ, ਆਗੂ ਸੀ, ਉਹਨਾਂ ਨੇ ਪ੍ਰੀ ਪਲੈਨਿੰਗ ਕਰਕੇ ਉਹਨਾਂ ਨੂੰ ਕਿਸਾਨਾਂ ਦੇ ਧਰਨੇ ਦੀ ਆੜ ਦੇ ਵਿੱਚ ਰੋਕਿਆ ਗਿਆ।